ਪਹਿਲਾਂ ਜਿਹੜਾ ਸੀਗਾ ਲੋਕ ਸ਼ੁੱਧ ਖਾਂਦੇ ਸੀ, ਕੰਮ ਕਰਦੇ ਸੀ ਅਤੇ ਕੰਮ ਕਰਨ ਕਰਕੇ ਆਪਦੀਆਂ ਚੀਜ਼ਾਂ ਤਿਆਰ ਕਰਦੇ ਸੀ। ਉਦੋਂ ਬਾਅਦ ਆਇਆ ਯੁੱਗ ਵੀ ਹਰੇਕ ਰੈਡੀਮੇਡ ਚੀਜ਼ਾਂ, ਰੈਡੀਮੇਡ 'ਚ ਇਹ ਚੀਜ਼ਾਂ ਨੂੰ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਕੰਪੀਟੀਸ਼ਨ ਆਇਆ ਸਸਤੇ ਦਾ, ਸਸਤੇ 'ਚ ਫਿਰ ਇਹਨਾਂ ਚੀਜ਼ਾਂ 'ਚ ਕੈਮੀਕਲ ਰਲਾ ਕੇ ਇਹ ਬਿਮਾਰੀਆਂ ਦਾ ਘਰ ਤਿਆਰ ਕੀਤਾ ਗਿਆ। ਇੱਥੋਂ ਸ਼ੁਰੂਆਤ ਹੁੰਦੀ ਹੈ, ਇੱਥੇ ਘਲਾੜੇ ਨਾਲ ਜੂਸ ਕੱਢਿਆ ਜਾਂਦਾ, ਜੂਸ 'ਚ ਹੌਦੀ ਜੂਸ ਆਉਂਦਾ, ਉਸ ਤੋਂ ਬਾਅਦ ਇੱਥੋਂ ਇਹ ਜਿਹੜਾ ਭੱਠੀ 'ਤੇ ਜਾਂਦਾ, ਇਹਦੇ ਵਿੱਚ ਜਿਹੜਾ ਹੌਦੀ 'ਚੋਂ ਸ਼ੁਰੂ ਕਰਕੇ ਇਹ ਪੈਪ ਰਾਹੀਂ ਇਹ ਜਿਹੜਾ ਜੂਸ ਹੈ ਇਹ ਪਹਿਲੀ ਤਵੀ 'ਚ ਜਾਂਦਾ। ਇਹ ਤਵੀਆਂ ਲੱਗੀਆਂ ਤਿੰਨ, ਪਹਿਲੀ ਤਵੀ 'ਚ ਜਿਹੜਾ ਇਹ ਗਰਮ ਹੁੰਦਾ ਜੂਸ, ਦੂਜੀ ਤਵੀ 'ਚ ਇਹਨੂੰ ਭਿੰਡੀ ਦਾ ਪਾਣੀ ਲਾ ਕੇ ਰਿਫਾਇੰਡ ਕੀਤਾ ਜਾਂਦਾ, ਇਹਦੀ ਮੈਲ ਉਤਾਰੀ ਜਾਂਦੀ ਹੈ। ਤੀਜੀ ਤਵੀ 'ਚ ਜਿਹੜਾ ਇਹਦਾ ਜਿਵੇਂ ਦੁੱਧ ਦਾ ਖੋਆ ਕੱਢਦੇ ਸੀ ਉਹ ਖੋਆ ਕੱਢਿਆ ਜਾਂਦਾ, ਕਾੜਾ ਕਾੜਾ ਕਹਿ ਦਿਓ ਜਾਂ ਦੁੱਧ ਦਾ ਖੋਆ ਕੱਢਦੇ ਆ, ਇਹ ਜੂਸ ਦਾ ਗੰਨੇ ਜੂਸ ਦਾ ਖੋਆ ਕੱਢਿਆ ਜਾਂਦਾ। ਭਿੰਡੀ ਤੁਸੀਂ ਵਰਤਦੇ ਹੋ, ਕਿਹੜੀ ਚੀਜ਼ ਤੋਂ ਵਰਤਦੇ ਹੋ, ਕਿਉਂ ਵਰਤੀ ਜਾਂਦੀ ਆ ਇਹ ਭਿੰਡੀ? ਬਸ ਸਾਫ਼ ਕਰਨ ਵਾਸਤੇ ਵਰਤੀ ਜਾਂਦੀ ਹੈ, ਇਹਨੂੰ ਕੁੱਟ ਕੇ ਪਾਣੀ 'ਚ ਕੀਤਾ ਜਾਂਦਾ, ਪਾਣੀ 'ਚੋਂ ਇਹਦਾ ਲਿਕੁਇਡ ਜਿਹੜਾ ਬਣਦਾ ਲੇਸ ਦੀ ਤਰ੍ਹਾਂ ਬਣਦਾ, ਬਹੁਤ ਖੱਟਾ ਹੁੰਦਾ, ਉਹ ਜਦੋਂ ਅਸੀਂ ਜੂਸ 'ਚ ਪਾਉਂਦੇ ਹਾਂ ਜੂਸ ਪਾੜ ਜਾਂਦਾ, ਜੂਸ ਪਾੜ ਕੇ ਜਿਹੜੀ ਇਹਦੀ ਮੈਲ ਹੁੰਦੀ ਸਾਰੀ ਉਹ ਸਾਰੀ ਮੈਲ ਉੱਪਰ ਆ ਜਾਂਦੀ ਹੈ। ਉਸ ਤੋਂ ਬਾਅਦ ਇਹਨੂੰ ਝਾਰਨੀ ਨਾਲ ਚੱਕ ਕੇ ਇਸ ਟੱਬ 'ਚ ਲਿਆਈਦਾ। ਇਹ ਮੈਲ ਆ, ਆਹ ਮੈਲ ਹੈ। ਬਹੁਤ ਵਧੀਆ ਲਾਹੇਵੰਦ ਧੰਦਾ, ਠੀਕ ਹੈ, ਕੋਈ ਮਾੜਾ ਨਹੀਂ, ਕੰਮ ਕਰਨ ਵਾਲਾ ਬੰਦਾ ਜ਼ਰੂਰ ਚਾਹੀਦਾ। ਗੌਰਮੈਂਟ ਵੀ ਸਹਾਇਤਾ ਕਰਦੀ ਹੈ, ਲੋਨ ਦਿੰਦੀ ਹੈ, ਸਬਸਿਡੀ ਵੀ ਦਿੰਦੀ ਹੈ, ਲੈਣ ਵਾਲਾ ਬੰਦਾ ਅਤੇ ਕੰਮ ਕਰਨ ਵਾਲਾ ਬੰਦਾ ਚਾਹੀਦਾ, ਇਹਦੇ ਵਰਗਾ ਸਹਾਇਕ ਧੰਦਾ ਕੋਈ ਵੀ। ਹੁਣ ਤਾਂ ਲੋਕਡਾਊਨ ਕਰਕੇ ਲਾ ਲਓ, ਮਹਿੰਗਾਈ ਕਰਕੇ ਲਾ ਲਓ, ਸੇਲ ਬਹੁਤ ਘਟੀ ਹੈ। ਪਹਿਲੇ ਸੀਜ਼ਨ ਦੂਜੇ ਸੀਜ਼ਨ ਮੇਰਾ ਘੱਟੋ ਘੱਟ ਪੰਜ ਛੇ ਕੁਇੰਟਲ ਗੁੜ ਤਿਆਰ ਹੁੰਦਾ, ਡੇਲੀ ਚੱਕਿਆ ਜਾਂਦਾ ਸੀ ਇੱਥੋਂ, ਬਹੁਤ ਵਧੀਆ ਸੀ। ਪਰ ਜਿਹੜੀ ਹੁਣ ਮਹਿੰਗਾਈ ਕਰਕੇ ਠੀਕ ਹੈ ਸਲੰਪ ਹੈਗਾ, ਉਹ ਇਫੈਕਟ ਵੀ ਕਰਦਾ। ਪੰਜ ਕੁਇੰਟਲ ਗੁੜਾ ਜਿਹੜਾ ਕਿੰਨੇ ਗੰਨੇ ਨਾਲ ਉਹ ਤਿਆਰ ਹੋ ਜਾਂਦਾ? 50 ਕੁਇੰਟਲ ਗੰਨੇ ਨਾਲ, 1 ਕੁਇੰਟਲ ਗੰਨੇ 'ਚੋਂ 10 ਕਿਲੋ ਗੁੜ ਨਿਕਲਦਾ। ਦੁੱਧ ਦੇ ਕੇ ਜੇ ਖੋਆ ਬਣਦਾ ਉਹੀ ਗੱਲ ਹੋ ਗਈ, ਉਹੀ ਗੱਲ ਹੈ ਹੀ, ਖੋਆ ਨੈਚੁਰਲ ਇਹ ਜਿਹੜਾ ਹੈਗਾ ਨਾ ਰਸੇ ਦਾ ਖੋਆ, ਗੰਨੇ ਦੇ ਰਸੇ ਦਾ। ਜਿਹੜਾ ਬਾਜ਼ਾਰੂ ਗੁੜ ਹੁੰਦਾ ਉਹ ਗੁੜ ਲਾਲ ਹੁੰਦਾ, ਲਾਲ ਕਿਹੜੇ ਕਾਰਨ ਤੋਂ ਹੁੰਦਾ? ਲਾਲ ਨੂੰ ਕਲਰ ਲਾਇਆ ਜਾਂਦਾ ਜਿਹੜਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ, ਅਤੇ ਜਾਂ ਉਹਨੂੰ ਕੈਮੀਕਲ ਵੀ ਬਹੁਤ ਲਾਏ ਜਾਂਦੇ ਆ। ਇਸ ਤਰ੍ਹਾਂ ਦੀਆਂ ਚੀਜ਼ਾਂ ਲਾ ਕੇ ਯੂਪੀ 'ਚ ਜਿਹੜਾ ਗੁੜ ਬਹੁਤ ਤਿਆਰ ਕੀਤਾ ਜਾਂਦਾ, ਤੁਸੀਂ ਉਸ ਗੁੜ ਨੂੰ ਇੱਕ ਭਾਂਡੇ 'ਚ ਪਾ ਕੇ ਸਟੀਲ 'ਚ ਰੱਖ ਲਓ, ਇੱਕ ਹਫ਼ਤੇ ਜਾਂ 10 ਦਿਨਾਂ ਬਾਅਦ ਉਹਨੂੰ ਉੱਲੀ ਲੱਗ ਜਾਂਦੀ ਹੈ। ਪਰ ਇਹ ਗੁੜ ਨੂੰ ਤੁਸੀਂ ਸਾਲ ਭਰ ਜੇ ਮਰਜ਼ੀ ਰੱਖ ਲਓ, ਇਸੇ ਜਿਵੇਂ ਅੱਜ ਦੀ ਪੁਜੀਸ਼ਨ ਹੈ ਇਸੇ ਪੁਜੀਸ਼ਨ 'ਚ ਰਹੂਗਾ, ਸਰ ਇਹ ਖਰਾਬ ਨਹੀਂ ਹੋਊ। ਇਹ ਗੁੜ ਪਿਆ, ਇਹ ਸ਼ੱਕਰ ਹੈ, ਇਹ ਸੌਂਫ ਜਮੈਨ ਵਾਲਾ ਗੁੜ ਹੈ, ਇਹ ਖੋਪਾ ਗਿਰੀ ਮੂੰਗਫਲੀ ਵਾਲਾ, ਇਹ ਖੋਪਾ ਗਿਰੀ ਮੂੰਗਫਲੀ ਪਾਈ ਆ, ਆਪਾਂ ਫਿਰ ਬੱਚੇ ਦੀ ਮੂੰਗਫਲੀ ਖੋਪਾ ਗਿਰੀ ਪਾਈ ਹੋਈ ਆ, ਖੋਪਾ ਗਿਰੀ ਮੂੰਗਫਲੀ ਅਸੀਂ ਖੋਦਾ ਆਪ ਪਾਉਂਦੇ ਹਾਂ। ਮੈਂ ਦੱਸ ਦਵਾਂ ਜਿੰਨਾ 'ਚ ਸੌਂਫ ਜਮੈਨ ਵਾਲੇ ਸਮਾਨ ਆ, ਕਈ ਆਈਟਮ ਪਾਈ ਦਾ, ਜਿਵੇਂ ਮਗਾਂ ਪਾਤੀਆਂ, ਅਲਸੀ ਪਾਤੀ, ਲੌਂਗ ਪਾਤੇ, ਇਲਾਇਚੀ ਪਾਤੀ, ਉਹ ਸਭ ਸਾਰਾ ਕੁਛ ਸਾਬਤ ਲੈ ਕੇ ਆਪਦੇ ਹੱਥੀਂ ਗ੍ਰੈਂਡ ਕਰਕੇ ਪਾਈਦਾ, ਨਾ ਕਿ ਪੀਸੇ ਪਿਸਾਏ 'ਤੇ ਵਿਸ਼ਵਾਸ ਕਰੀਏ। ਆਪਣੇ ਹੱਥੀਂ ਪੀਸ ਕੇ ਫਿਰ ਪਾਉਣੇ, ਆਪਣੇ ਹੱਥੀਂ ਪੀਸ ਕੇ ਪਾਉਣੇ। ਖਾਲਸਾ ਕਲਾੜਾ ਦੇ ਵਿੱਚ ਅਸੀਂ ਮੌਜੂਦ ਹਾਂ, ਖਾਲਸਾ ਕਲਾੜੇ ਦੇ ਮਾਲਕ ਸੁਖਦਰਸ਼ਨ ਸਿੰਘ ਖਾਲਸਾ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਪੰਜਾਬ ਨਿਊਜ਼ ਚੈਨਲ ਦਾ ਜੀ ਆਇਆਂ ਨੂੰ। ਖਾਲਸਾ ਜੀ, ਗੱਲ ਕਰ ਲਈਏ, ਜਿਵੇਂ ਭੂਮਿਕਾ ਦੇ ਵਿੱਚ ਬੋਲਿਆ ਕਿ ਪਹਿਲਾਂ ਕਲਾੜੇ ਬਹੁਤ ਘੱਟ ਹੁੰਦੇ ਸੀਗੇ, ਪੁਰਾਣੇ ਪੰਜਾਬ ਦੀ ਗੱਲ ਕਰ ਲਈਏ, ਉਦੋਂ ਜਿਹੜੇ ਕਲਾੜੇ ਬਹੁਤ ਜ਼ਿਆਦਾ ਹੁੰਦੇ ਸੀ ਪੰਜਾਬ ਦੇ ਵਿੱਚ। ਇੱਕ ਦੌਰ ਉਹ ਵੀ ਆਇਆ ਕਿ ਕਿਸੇ ਨੂੰ ਪਤਾ ਨਹੀਂ ਸੀ ਵੀ ਕਲਾੜਾ ਹੁੰਦਾ ਕੀ ਆ, ਹੁਣ ਫਿਰ ਜਿਹੜਾ ਦੌਰ ਦੁਬਾਰੇ ਆਇਆ ਕਲਾੜਿਆਂ ਦਾ, ਇਹ ਕਿਵੇਂ ਵੀ ਕਿਉਂ ਆਉਣਾ ਸਾਰਾ ਕੁਛ ਇਹ ਗੱਲ ਹੈ ਜੀ? ਪਹਿਲਾਂ ਜਿਹੜਾ ਸੀਗਾ ਲੋਕ ਸ਼ੁੱਧ ਖਾਂਦੇ ਸੀ, ਕੰਮ ਕਰਦੇ ਸੀ ਅਤੇ ਕੰਮ ਕਰਨ ਕਰਕੇ ਆਪਦੀਆਂ ਚੀਜ਼ਾਂ ਤਿਆਰ ਕਰਦੇ ਸੀ। ਉਦੋਂ ਬਾਅਦ ਆਇਆ ਯੁੱਗ ਵੀ ਹਰੇਕ ਰੈਡੀਮੇਡ ਚੀਜ਼ਾਂ, ਰੈਡੀਮੇਡ 'ਚ ਇਹ ਚੀਜ਼ਾਂ ਨੂੰ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਕੰਪੀਟੀਸ਼ਨ ਆਇਆ ਸਸਤੇ ਦਾ, ਸਸਤੇ 'ਚ ਫਿਰ ਇਹਨਾਂ ਚੀਜ਼ਾਂ 'ਚ ਕੈਮੀਕਲ ਰਲਾ ਕੇ ਇਹ ਬਿਮਾਰੀਆਂ ਦਾ ਘਰ ਤਿਆਰ ਕੀਤਾ ਗਿਆ। ਜਿਹੜੇ ਹੁਣ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਉਵੇਂ ਉਵੇਂ ਪਿੱਛੇ ਹਟਦੇ, ਪਰ ਹੁਣ ਇਹ ਜਿਹੜਾ ਵੀ ਇਹ ਚੀਜ਼ਾਂ ਚੱਲੀਆਂ ਹੁਣ ਪਿਓਰ ਚੀਜ਼ ਹੈ। ਅੱਜ ਇਹ ਪਹਿਲਾਂ ਜੇ ਬਾਜ਼ਾਰ ਦਾ ਖਾਈਏ ਤਾਂ
ਬੂਟਾ ਬਿਮਾਰੀ ਦਾ ਘਰ ਹੈ। ਇਹ ਇੱਕ ਬਿਮਾਰੀ ਰਹਿਤ ਕਹਿ ਦਈਏ ਜਾਂ ਇਹਨੇ ਇੱਕ ਕਹਿ ਦਈਏ ਆਪਾਂ ਵੀ ਸ਼ੁੱਧਤਾ ਚੀਜ਼ ਬਚਣ ਬਿਮਾਰੀਆਂ ਤੋਂ ਬਚਣ ਦਾ ਦਵਾਈ ਦੇ ਤੌਰ 'ਤੇ ਕੰਮ ਕਰਦੀ ਹੈ। ਆਪਾਂ ਨਾਲ ਨਾਲ ਗੱਲਬਾਤ ਵੀ ਕਰਦਾ ਜਿਵੇਂ ਚੀਜ਼ ਲੱਗੀ ਹੋਈ ਆ ਮੈਂ ਮਸ਼ੀਨ ਘੁਲਾੜਾ ਕਹਿ ਦਿੰਦੇ ਆਮ ਤੌਰ 'ਤੇ ਇੱਥੋਂ ਜਿਹੜੇ ਜਿਹੜਾ ਗੰਨਾ ਲਾਇਆ ਜਾਂਦਾ ਇੱਥੋਂ ਜਿਹੜੀ ਸ਼ੁਰੂਆਤ ਹੁੰਦੀ ਆ। ਹਾਂਜੀ ਹਾਂਜੀ ਇੱਥੋਂ ਸ਼ੁਰੂਆਤ ਹੁੰਦੀ ਹੈ ਇੱਥੇ ਘੁਲਾੜੇ ਨਾਲ ਜੂਸ ਕੱਢਿਆ ਜਾਂਦਾ ਜੂਸ 'ਚ ਹੌਦੀ ਜੂਸ ਆਉਂਦਾ ਉਸ ਤੋਂ ਬਾਅਦ ਇੱਥੋਂ ਇਹ ਜਿਹੜਾ ਭੱਠੀ 'ਤੇ ਜਾਂਦਾ ਭੱਠੀ ਤੋਂ ਪਹਿਲੀ ਤਵੀ 'ਚ ਜਾ ਕੇ ਗਰਮ ਹੁੰਦਾ ਦੂਜੀ ਤਵੀ 'ਚ ਜਾ ਕੇ ਅਸੀਂ ਜਿਹੜੀ ਭਿੰਡੀ ਨਾਲ ਕਹਿੰਦੇ ਹਾਂ ਜਿਵੇਂ ਹੁਣ ਪਹਿਲਾਂ ਯੂਪੀ 'ਚ ਤਾਂ ਕੈਮੀਕਲਾਂ ਨਾਲ ਸਾਫ਼ ਕਰਦੇ ਹਾਂ ਅਸੀਂ ਇਹ ਭਿੰਡੀ ਨਾਲ ਸਹੀ ਮਿਹਨਤ 'ਚ ਭਿੰਡੀ ਨਾਲ ਰਿਫਾਇੰਡ ਹੁੰਦਾ। ਆਪਾਂ ਚੱਲਦੇ ਹੋਏ ਗੱਲਬਾਤ ਕਰਦੇ ਹਾਂ ਜੀ ਹੌਦੀ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਹੌਦੀ 'ਚੋਂ ਸ਼ੁਰੂ ਕਰਕੇ ਇਹ ਪੈਪ ਰਾਹੀਂ ਇਹ ਜਿਹੜਾ ਜੂਸ ਹੈ ਇਹ ਪਹਿਲੀ ਤਵੀ 'ਚ ਜਾਂਦਾ ਇਹ ਤਵੀਆਂ ਲੱਗੀਆਂ ਤਿੰਨ ਪਹਿਲੀ ਤਵੀ 'ਚ ਜਿਹੜਾ ਇਹ ਗਰਮ ਹੁੰਦਾ ਜੂਸ ਦੂਜੀ ਤਵੀ 'ਚ ਇਹਨੂੰ ਆ ਜੇ ਦੂਜੀ ਤਵੀ 'ਚ ਇਹਨੂੰ ਭਿੰਡੀ ਦਾ ਪਾਣੀ ਲਾ ਕੇ ਰਿਫਾਇੰਡ ਕੀਤਾ ਜਾਂਦਾ ਇਹਦੀ ਮੈਲ ਉਤਾਰੀ ਜਾਂਦੀ ਹੈ ਤੀਜੀ ਤਵੀ 'ਚ ਜਿਹੜਾ ਇਹ ਜਿਵੇਂ ਦੁੱਧ ਦਾ ਖੋਆ ਕੱਢਦੇ ਸੀ ਉਹ ਖੋਆ ਕੱਢਿਆ ਜਾਂਦਾ ਕਾੜਾ ਕਹਿ ਦਿਓ ਜਾਂ ਦੁੱਧ ਦਾ ਖੋਆ ਕੱਢਦੇ ਹਾਂ ਇਹ ਜੂਸ ਦਾ ਗੰਨੇ ਜੂਸ ਦਾ ਖੋਆ ਕੱਢਿਆ ਜਾਂਦਾ ਉਸ ਤੱਕ ਉਹ ਅਗਲੀ ਟ੍ਰੇ 'ਚ ਆ ਜਾਂਦਾ ਜਿੱਥੇ ਠੰਡਾ ਹੁੰਦਾ ਜਿਹਨੂੰ ਚੰਡਿਆ ਚੰਡਣਾ ਕਹਿੰਦੇ ਅਸੀਂ। ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਵੀ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਕਿਸ ਤਰ੍ਹਾਂ ਕਿਹੜੀ ਵਿਧੀ ਨਾਲ ਇੱਥੇ ਜਿਹੜਾ ਪਹਿਲੀ ਹੈ ਜਿਹੜਾ ਗੰਨੇ ਦਾ ਰਸ ਇੱਥੇ ਆ ਕੇ ਆਉਂਦਾ ਪਹਿਲਾਂ ਇੱਥੇ ਆਉਂਦਾ ਉਹ ਆ ਰਿਹਾ ਇਸ 'ਤੇ ਇੱਥੇ ਗਰਮ ਹੋਊਗਾ ਫਿਰ ਇਹ ਦੂਸਰੇ 'ਤੇ ਸ਼ਿਫਟ ਕਰਾਂਗੇ ਉੱਥੇ ਜਾ ਕੇ ਬਿਲਕੁਲ ਉੱਬਲਣ ਲੱਗ ਜਾਂਦਾ ਉੱਬਲਣ ਲੱਗਣ ਤੋਂ ਬਾਅਦ ਉਹਨੂੰ ਭਿੰਡੀ ਦਾ ਜਿਹੜਾ ਉਹ ਲਾਉਂਦੇ ਹਾਂ ਪਾਣੀ ਜੀ ਉਹ ਲਾ ਰਿਹਾ ਭਿੰਡੀ ਦੇ ਪਾਣੀ ਨਾਲ ਇਹ ਰਸਾ ਪਾੜ ਜਾਂਦਾ ਇਹਦੀ ਜਿਹੜੀ ਮੈਲ ਹੈ ਉੱਪਰ ਆ ਜਾਂਦੀ ਹੈ ਅਤੇ ਜੂਸ ਜਿਹੜਾ ਬਿਲਕੁਲ ਸਾਫ਼ ਥੱਲੇ ਰਿਹਾ ਉਹ ਮੈਲ ਅਸੀਂ ਝਾਰਨੀ ਨਾਲ ਚੱਕ ਕੇ ਬਾਹਰ ਕੱਢ ਦੇਈ ਦੀ ਹੈ। ਭਿੰਡੀ ਇੱਕ ਤਾਂ ਭਿੰਡੀ ਇਹ ਭਿੰਡੀ ਕਿਹੜੀ ਔਰਗੈਨਿਕ ਭਿੰਡੀ ਹੈ ਜੀ ਇਹ ਭਿੰਡੀ ਯੂਪੀ 'ਚ ਹੁੰਦੀ ਹੈ ਇਸੇ ਕੰਮ ਹੀ ਰਿਫਾਇੰਡ ਦਾ ਹੀ ਕੰਮ ਕਰਦੀ ਹੈ ਇਸੇ ਕੰਮ ਹੀ ਆਉਂਦੀ ਹੈ। ਇਹ ਭਿੰਡੀ ਪੰਜਾਬ 'ਚ ਬਹੁਤ ਘੱਟ ਹੁੰਦੀ ਹੈ ਪੰਜਾਬ 'ਚ ਹੁੰਦੀ ਨਹੀਂ ਹੁੰਦੀ ਤਾਂ ਹੈ ਪਰ ਲੋਕਾਂ ਨੂੰ ਲੋੜ ਨਹੀਂ ਲੋਕ ਲਾਉਂਦੇ ਉੱਧਰ ਜੇ ਤੁਹਾਡੀ ਗੱਲ ਵਿੱਚ ਆਈ ਇਹ ਭਿੰਡੀ ਤੁਸੀਂ ਵਰਤਦੇ ਹੋ ਕਿਹੜੀ ਚੀਜ਼ ਤੋਂ ਵਰਤਦੇ ਹੋ ਕਿਉਂ ਵਰਤੀ ਜਾਂਦੀ ਹੈ ਇਹ ਭਿੰਡੀ ਬਸ ਸਾਫ਼ ਕਰਨ ਵਾਸਤੇ ਵਰਤੀ ਜਾਂਦੀ ਹੈ ਇਹਨੂੰ ਕੁੱਟ ਕੇ ਪਾਣੀ 'ਚ ਕੀਤਾ ਜਾਂਦਾ ਪਾਣੀ 'ਚੋਂ ਇਹਦਾ ਲਿਕੁਇਡ ਜਿਹੜਾ ਬਣਦਾ ਲੇਸ ਦੀ ਤਰ੍ਹਾਂ ਬਣਦਾ ਬਹੁਤ ਖੱਟਾ ਹੁੰਦਾ ਉਹ ਜਦੋਂ ਅਸੀਂ ਜੂਸ 'ਚ ਪਾਉਂਦੇ ਹਾਂ ਜੂਸ ਪਾੜ ਜਾਂਦਾ ਜੂਸ ਪਾੜ ਕੇ ਜਿਹੜੀ ਇਹਦੀ ਮੈਲ ਹੁੰਦੀ ਸਾਰੀ ਉਹ ਸਾਰੀ ਮੈਲ ਉੱਪਰ ਆ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਝਾਰਨੀ ਨਾਲ ਚੱਕ ਕੇ ਇਸ ਟੱਬ 'ਚ ਲਿਆਈਦਾ ਇਹ ਮੈਲ ਆਹ ਮੈਲ ਹੈ ਉਸ ਤੋਂ ਬਾਅਦ ਜਦੋਂ ਇਹ ਬਿਲਕੁਲ ਉੱਥੇ ਸਾਫ਼ ਹੋ ਜਾਂਦੇ ਆ ਫਿਰ ਇਹਨੂੰ ਅਗਲੇ ਕੜਾਹੇ ਸ਼ਿਫਟ ਕਰੀਏ ਲਾਸਟ 'ਚ ਉੱਥੇ ਫਿਰ ਇਹ ਜੇ ਰਿੱਝ ਰਿੱਝ ਕੇ ਖੋਆ ਨਿਕਲਦਾ ਉਹ ਜਿਵੇਂ ਖੋਆ ਨਿਕਲ ਜਾਂਦਾ ਉਹ 'ਤੇ ਜਦੋਂ ਜਮ ਬਿਲਕੁਲ ਖੋਆ ਤਿਆਰ ਹੋ ਜਾਂਦਾ ਫਿਰ ਇਹਨੂੰ ਉਹ ਸਾਹਮਣੇ ਟ੍ਰੇ ਹੈ ਇਹਨੂੰ ਗੰਡ ਵੀ ਕਹਿ ਦਿੰਦੇ ਆ ਟ੍ਰੇ ਵੀ ਕਹਿ ਦਿੰਦੇ ਆ ਉਹਦੇ 'ਚ ਲੈ ਜਾਂਦੇ ਆ ਉਸ ਤੋਂ ਬਾਅਦ ਉੱਥੇ ਜਾ ਕੇ ਇਹਨੂੰ ਠੰਡਾ ਕਰੀਦਾ ਠੰਡਾ ਕਰਕੇ ਜਦੋਂ ਇਹ ਨੋਰਮਲ ਟੈਂਪਰੇਚਰ 'ਤੇ ਆ ਜਾਂਦਾ ਫਿਰ ਇਹਨੂੰ ਖੁਰਚਣੇ ਨਾਲ ਥੱਲੇ ਪੇਸੀਆਂ ਬਣਾਈ ਦੀਆਂ ਜਾਂ ਭੇਲੀਆਂ ਕਹਿ ਦਿਓ ਜੋ ਵੀ ਉਹ ਤਿਆਰ ਹੋ ਕੇ ਠੰਡਾ ਹੋ ਕੇ ਗੁੜ ਤਿਆਰ ਹੋ ਇਹ ਸਾਰੀ ਤੁਸੀਂ ਵਿਧੀ ਦੱਸੀ ਆ ਵੀ ਪਹਿਲਾਂ ਗੰਨੇ ਦਾ ਰਸ ਪਹਿਲੇ ਹੌਦੀ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਦੇ ਵਿੱਚ ਇੱਥੇ ਆਉਂਦਾ ਇੱਥੋਂ ਅਗਰ ਜਿਹੜੀ ਮੈਲ ਪੱਟੀ ਜਾਂਦੀ ਆ ਭਿੰਡੀ ਦੇ ਨਾਲ ਮੈਲ ਵੱਖਰੀ ਹੋ ਜਾਂਦੀ ਆ ਰਸੇ 'ਚੋਂ ਉੱਪਰ ਆ ਜਾਂਦੀ ਉਹਨੂੰ ਚੱਕ ਲੈ ਜੀ ਉਹਨੂੰ ਚੱਕ ਕੇ ਬਾਹਰ ਕੱਢ ਦੇਈ ਹੁਣ ਆਪਾਂ ਗੱਲ ਕਰ ਲਈਏ ਖਾਲਸਾ ਜੀ ਜਿਹੜਾ ਖਰਚੇ ਦੀ ਜਿਹੜੀ ਗੱਲ ਆ ਗਈ ਇਹ ਸ਼ੁਰੂ ਕਰਨ ਦੇ ਉੱਤੇ ਕਿੰਨਾ ਖਰਚਾ ਆ ਗਿਆ ਸੀਗਾ ਸ਼ੁਰੂ ਕਰਨ 'ਚ ਤਾਂ 8-9 ਲੱਖ ਰੁਪਏ ਲੱਗੇ ਸੀ ਮਸ਼ੀਨਰੀ 'ਤੇ ਜਾਂ ਇਹ ਸਾਰੇ ਸੈੱਟ ਤਿਆਰ ਕਰਨ 'ਤੇ ਬਿਨਾਂ ਜਗ੍ਹਾ ਤੋਂ ਬਹੁਤ ਵਧੀਆ ਧੰਦਾ ਜ਼ਿਮੀਂਦਾਰ ਖਾਸ ਵਾਸਤੇ ਖਾਸ ਹੈ ਇੱਕ ਧੰਦਾ ਹੈ ਜੇ ਕਰਨ ਧੰਦੇ ਦੀ ਗੱਲ ਕਰ ਰਹੇ ਹੋ ਜੇ ਜ਼ਿਮੀਂਦਾਰ ਮੱਧ ਵਰਗੀ ਬੰਦੇ ਨੇ ਜੇ ਮੱਕ ਧੰਦਾ ਸ਼ੁਰੂ ਕਰਨਾ ਹੋਵੇ ਕਿਵੇਂ ਧੰਦਾ ਇਹ ਬਹੁਤ ਵਧੀਆ ਲਾਹੇਵੰਦ ਧੰਦਾ ਠੀਕ ਹੈ ਕੋਈ ਮਾੜਾ ਨਹੀਂ ਕੰਮ ਕਰਨ ਵਾਲਾ ਬੰਦਾ ਜ਼ਰੂਰ ਚਾਹੀਦਾ ਗੌਰਮੈਂਟ ਵੀ ਸਹਾਇਤਾ ਕਰਦੀ ਹੈ ਚ ਲੋਨ ਦਿੰਦੀ ਹੈ ਸਬਸਿਡੀ ਵੀ ਦਿੰਦੀ ਹੈ ਲੈਣ ਵਾਲਾ ਬੰਦਾ ਅਤੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਇਹਦੇ ਵਰਗਾ ਸਹਾਇਕ ਧੰਦਾ ਕੋਈ ਵੀ ਨਹੀਂ ਕਿਉਂਕਿ ਜਿਹੜੀ ਗੰਨੇ ਦੀ ਫਸਲ ਇੱਕ ਸਾਲ ਦੀ ਹੈ ਨਾਲ ਨਾਲ ਇੱਕ ਕਣਕ ਦੀ ਫਸਲ ਵੀ ਬੰਦਾ ਲੈ ਸਕਦਾ ਆਪਦੇ ਘਰ ਦੇ ਖਰਚੇ ਜੁਗਰੀ ਅਤੇ ਇਹਦੀ ਸਾਲ ਦੀ ਫਸਲ ਹੋਣ ਕਰਕੇ ਪੂਰੀ ਲਾਹੇਵੰਦ ਧੰਦਾ ਕਹਿ ਸਕਦੇ ਹਾਂ ਜ਼ਿਮੀਂਦਾਰ ਵਾਸਤੇ ਜਿੰਨਾ ਤੁਹਾਡਾ ਆਪਦਾ ਬੀਜਾ ਹੋਇਆ ਜਾਂ ਮੁੱਲ ਲੈਣੇ ਹੋ ਮੈਂ ਮੁੱਲ ਲੈਣਾ ਪਰ ਜ਼ਿਮੀਂਦਾਰ ਵਾਸਤੇ ਤਾਂ ਹੀ ਆਖਿਆ ਜੇ ਜ਼ਿਮੀਂਦਾਰ ਇਹਨੂੰ ਕੰਮ ਨੂੰ ਕਰਦਾ ਤਾਂ ਬਹੁਤ ਲਾਹੇਵੰਦ ਧੰਦਾ ਹਰੇਕ ਕੰਮ ਨਾਲ ਮੇਰੇ ਖਿਆਲ ਵਧੀਆ ਧੰਦਾ ਕਰਨਾ ਚਾਹੀਦਾ ਜ਼ਿਮੀਂਦਾਰ ਨੂੰ ਖਾਸ ਕਰਕੇ ਕਰਨਾ ਚਾਹੀਦਾ ਮੈਂ ਇਹੀ ਰਹਿ ਦੂੰ ਜੇ ਅੱਗੇ ਆਪਾਂ ਗੱਲ ਕਰ ਲਈਏ ਖਾਲਸਾ ਜੀ ਇੱਕ ਦਿਨ ਦੇ ਵਿੱਚ ਇਹਦੇ ਇਹਨਾਂ ਦੇ ਵਿੱਚ ਕਿੰਨਾ ਗੁੜ ਆ ਜਿਹੜਾ ਇੱਕ ਦਿਨ ਦੇ ਵਿੱਚ ਬਣ ਜਾਂਦਾ ਇਸ 'ਚ ਗੁੜ ਘੱਟੋ ਘੱਟ 5 ਕੁਇੰਟਲ ਡੇਲੀ ਤਿਆਰ ਹੋ ਸਕਦਾ ਜੇ ਤੁਸੀਂ ਉਦੋਂ ਵੱਧ ਚਲਾ ਲਓਗੇ 10 ਕੁਇੰਟਲ ਤੱਕ ਵੀ ਤਿਆਰ ਕਰ ਸਕਦੇ ਇਹ ਤੁਹਾਡੀ ਖਪਤ 'ਤੇ ਨਿਰਭਰ ਹੈ ਠੀਕ ਹੈ ਜੀ ਹੁਣ ਜਿਵੇਂ ਪਹਿਲਾਂ ਸੀਗਾ ਮੇਰਾ ਹੁਣ ਤਾਂ ਲੋਕਡਾਊਨ ਕਰਕੇ ਲਾ ਲਓ ਮਹਿੰਗਾਈ ਕਰਕੇ ਲਾ ਲਓ ਸੇਲ ਬਹੁਤ ਘਟੀ ਹੈ ਪਹਿਲੇ ਸੀਜ਼ਨ ਦੂਜੇ ਸੀਜ਼ਨ ਮੇਰਾ ਘੱਟੋ ਘੱਟ 7-7 5-5 6-6 ਕੁਇੰਟਲ ਗੁੜ ਤਿਆਰ ਹੁੰਦਾ ਡੇਲੀ ਚੱਕਿਆ ਜਾਂਦਾ ਸੀ ਇੱਥੋਂ ਬਹੁਤ ਵਧੀਆ ਸੀ ਪਰ ਜਿਹੜੀ ਹੁਣ ਮਹਿੰਗਾਈ ਕਰਕੇ ਠੀਕ ਹੈ ਸਲੰਪ ਹੈਗਾ
ਇਫੈਕਟ ਵੀ ਕਰਦਾ। 5-5 ਕੁਇੰਟਲ ਘੋੜਾ ਜਿਹੜਾ ਕਿੰਨੇ ਗੰਨੇ ਨਾਲ ਉਹ ਤਿਆਰ ਹੋ ਜਾਂਦਾ? 50 ਕੁਇੰਟਲ ਗੰਨੇ ਨਾਲ ਕਰਦਾ। 1 ਕੁਇੰਟਲ ਗੰਨੇ ਚੋਂ 10 ਕਿਲੋ ਗੁੜ ਨਿਕਲਦਾ। ਉਹੀ ਦੁੱਧ ਦੇ ਕੇ ਜੇ ਖੋਆ ਬਣਦਾ ਉਹੀ ਗੱਲ ਹੋ ਗਈ। ਉਹੀ ਗੱਲ ਹੈ, ਹਾਈ ਖੋਆ ਨੈਚੁਰਲ ਇਹ ਜਿਹੜਾ ਹੈਗਾ ਨਾ ਰਸੇ ਦਾ ਖੋਆ, ਗੰਨੇ ਦੇ ਰਸੇ ਦਾ ਖੋਆ। ਕਿੰਨੇ ਕੁ ਬੰਦੇ ਇੱਥੇ ਨਿੱਤ ਜਿਹੜਾ ਥੋੜਾ ਗੋੜਾ ਜਿਹੜਾ ਕਿੰਨਾ ਗੁੜ ਹਰ ਰੋਜ਼ ਜਿਹੜਾ ਲੱਗ ਜਾਂਦਾ ਵਿਕਰੀ ਹੋ ਜਾਂਦੀ ਹੈ? ਇਸ ਵੇਲੇ 2-2.5 ਕੁਇੰਟਲ ਗੁੜ ਦੀ ਡੇਲੀ ਸੇਲ ਹੈ ਤੇ ਘੱਟੋ ਘੱਟ ਮੇਰੇ ਕੋਲ 5-6 ਬੰਦੇ ਕੰਮ ਕਰਦੇ ਡੇਲੀ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਇਆ। ਇਸ ਕਰਕੇ ਵਧੀਆ, ਬਹੁਤ ਵਧੀਆ ਧੰਦਾ ਕਹਿ ਸਕਦੇ ਹਾਂ। ਕਿਸਾਨ ਦੇ ਲਈ ਵੀ ਲਾਭਦਾਇਕ ਤਾਂ ਹੈਗੀ ਹੈਗਾ, ਜਿਹੜੇ 5 ਹੋਰ ਰੁਜ਼ਗਾਰ ਲੈਂਦੇ ਨੇ ਉਹਨਾਂ ਦੇ ਲਈ ਵੀ ਲਾਭਦਾਇਕ ਆ। ਬਿਲਕੁਲ ਜੀ ਬਿਲਕੁਲ, ਤੇ ਆਪ ਵੀ ਰੁਜ਼ਗਾਰ ਪੈਦਾ ਕਰ ਸਕਦੇ ਤੇ ਦੇ ਵੀ ਸਕਦਾ ਰੁਜ਼ਗਾਰ, ਦੇਣ ਵਾਲਾ 'ਚ ਵੀ ਬਣਦਾ ਇਹ ਰੁਜ਼ਗਾਰ ਕਰਨ ਨਾਲ। ਕਿੰਨਾ ਗੰਨਾ ਗੰਨਾ ਤੁਸੀਂ ਮੰਗਾਉਣੇ ਕਿੱਥੋਂ ਫਿਰ? ਗੰਨਾ ਅਸੀਂ ਧੂਰੀ ਏਰੀਏ 'ਚ, ਧੂਰੀ ਏਰੀਏ 'ਚੋਂ ਗੰਨਾ ਮੰਗਾਉਂਦੇ ਹਾਂ ਕਿਉਂਕਿ ਧੂਰੀ ਏਰੀਏ ਦਾ ਗੰਨਾ ਬਹੁਤ ਵਧੀਆ। ਗੰਨਾ ਮਤਲਬ ਕਿ ਆਮ ਕਿਸਾਨ ਦੇ ਖੇਤਾਂ 'ਚ ਹੀ ਹੁੰਦਾ ਨਾ? ਕਿਸਾਨ ਦੇ ਖੇਤਾਂ 'ਚ ਹੀ ਆਉਂਦਾ, ਸਾਡੇ ਕੋਲ ਜ਼ਿਮੀਂਦਾਰ ਦਾ ਖੰਨਾ ਆਉਂਦਾ, ਜ਼ਿਮੀਂਦਾਰੀ ਜਿਹੜੇ ਮਿਲ ਸਿੱਟ ਕੇ ਆਉਂਦੇ ਉਹੀ ਸਾਨੂੰ ਗੰਨਾ ਸਿੱਟ ਕੇ ਜਾਂਦੇ, ਸਰਕਾਰੀ ਭਾਅ 'ਤੇ ਸਿੱਟ ਕੇ ਜਾਂਦੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਸੀਂ ਪਹਿਲਾਂ ਸਬਸਿਡੀ ਦੀ ਗੱਲ ਕਰ ਰਹੇ ਸੀਗੇ, ਉਹਦੇ ਵਿੱਚੋਂ ਜਿਵੇਂ 9 ਲੱਖ ਰੁਪਏ ਲੱਗਦਾ ਤਾਂ ਸਬਸਿਡੀ ਵੀ ਮਿਲਦੀ ਆ? ਬਿਲਕੁਲ, ਜੇ ਤੁਸੀਂ ਸਰਕਾਰ ਤੋਂ ਲੋਨ ਲਓਗੇ ਸਰਕਾਰ ਸਬਸਿਡੀ ਵੀ ਦਿੰਦੀ ਹੈ ਅਤੇ ਲੋਨ ਵੀ ਦਿੰਦੀ ਹੈ, ਸਾਰੀਆਂ ਸਹੂਲਤਾਂ ਦਿੰਦੀ ਹੈ ਸਰਕਾਰ, ਪਰ ਬੰਦਾ ਕੰਮ ਕਰਨ ਵਾਲਾ ਜ਼ਰੂਰੀ ਹੈ। ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਕੰਮ ਕਰਦੇ ਨੂੰ? 5 ਸਾਲ ਹੋ ਗਏ ਕੰਮ ਕਰਦੇ। ਲਗਾਤਾਰ ਲੱਗੇ ਹੋਏ ਹੋ 5 ਸਾਲਾਂ ਤੋਂ? 5 ਸਾਲਾਂ ਤੋਂ ਲਗਾਤਾਰ ਲੱਗੇ ਰਹੇ ਹਾਂ, ਕੋਈ ਮਾੜਾ ਨਹੀਂ, ਪੂਰਾ ਵਧੀਆ। ਇੱਥੇ ਗੁੜ ਲੈਣ ਦੇ ਲਈ ਵੀ ਆਏ ਹੋਏ ਆ, ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ, ਇੱਥੇ ਕਿਉਂ ਆਏ ਆ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ? ਤੁਸੀਂ ਗੁੜ ਲੈਣ ਦੇ ਆਏ ਹੋ, ਲੈਣ ਆਏ ਉੱਥੇ ਜੀ? ਬਣਾਉਣ ਆਏ ਹੋ? ਅੱਛਾ, ਆਪਦਾ ਘਰੋਂ ਗੰਨਾ ਲੈ ਕੇ ਆਏ ਹੋ? ਗੰਨਾ ਲੈ ਕੇ ਆਏ। ਗੁੜ ਤਾਂ ਬਾਜ਼ਾਰੋਂ ਵੀ ਮਿਲਦਾ ਗਾ, ਉਹ ਗੁੜ ਦੇ ਵਿੱਚ ਕੀ ਫਰਕ ਆ? ਸਾਡਾ ਆਪਦਾ ਘਰੇ ਤਿਆਰ ਕਰਿਆ, ਬਿਨਾਂ ਉਸ ਤੋਂ ਵਧੀਆ ਗੁੜ ਹੈ। ਵੀ ਸੀਗਾ ਜਦੋਂ ਲੋਕ ਰੈਡੀਮੇਡ ਚੀਜ਼ਾਂ ਲੈਣ ਲੱਗ ਗਏ ਸੀਗੇ, ਦੁਬਾਰੇ ਜਿਹੜਾ ਫਿਰ ਘੁਲਾੜਨ ਦਾ ਦੌਰ ਸ਼ੁਰੂ ਹੋ ਗਿਆ? ਬਸ ਹੁਣ ਐਂ ਸ਼ੁਰੂ ਹੋ ਗਿਆ ਵੀ ਉਹ ਮਿਲਾਵਟੀ ਚੀਜ਼ਾਂ ਮਿਲਦੀਆਂ ਸੀਗੀਆਂ, ਇਹ ਆਪਦਾ ਘਰੋਂ ਤਿਆਰ ਕਰਿਆ ਹੋਇਆ, ਘਰ ਦਾ ਗੁੜ ਗੰਨੇ ਹੈ, ਰੇਹ ਘੱਟ ਪਾਈ ਹੈ, ਬਿਨ ਰੇਹ ਸਪਰੇਅ ਤੋਂ ਹੈ। ਕਿੰਨੇ ਸਮੇਂ ਤੋਂ ਆਉਣੇ ਇੱਥੇ ਜੀ? ਪਹਿਲਾਂ ਤਾਂ ਸਾਡੇ ਬਾਈ ਦਾ ਉਹਦਾ ਘੁਲਾੜਾ ਉੱਥੇ ਸੀਗਾ, ਇਹ ਬਾਈ ਨਾਲ ਸਾਡਾ ਮੋਹ ਪਿਆਰਾ ਹੈ, ਇਹਦੇ ਕੋਲ ਇੱਕ ਤੀ ਮਤਲਬ ਪਹਿਲੀ ਵਾਰ ਹੈ। ਕਿੰਨਾ ਸਮਾਂ ਜਿਹੜਾ ਘੁਲਾੜੇ ਦਾ, ਘੁਲਾੜੇ ਦੇ ਗੁੜ ਤੇ ਬਜ਼ਾਰੂ ਗੁੜ ਦੇ ਵਿੱਚ ਕੀ ਫਰਕ ਲੱਗਦਾ? ਰੇਹ ਸਪਰੇਅ ਵਾਲਾ ਹੁੰਦਾ, ਇਹ ਬਿਨ ਰੇਹ ਸਪਰੇਅ ਤੋਂ ਹੈ, ਲਾਭਦਾਇਕ ਹੁੰਦਾ ਸਿਹਤ ਦੇ ਲਈ। ਦੂਰੋਂ ਦੂਰੋਂ ਜਿਹੜੇ ਖਾਲਸਾ ਘੁਲਾੜੇ ਦੇ ਦੂਰੋਂ ਦੂਰੋਂ ਡਾਕਟਰ ਵੀ, ਜਿਹੜਾ ਸਪੈਸ਼ਲ ਡਿਮਾਂਡ ਦਾ ਡਾਕਟਰਾਂ ਦੇ ਲਈ ਵੀ ਗੁੜ ਇੱਥੇ ਬਣਾਇਆ ਜਾਂਦਾ, ਬਠਿੰਡਾ ਇੱਥੋਂ ਨੇੜੇ ਰਹਿ ਜਾਂਦਾ, ਰਾਮਪੁਰਾ ਵੀ ਨੇੜੇ ਰਹਿ ਜਾਂਦਾ, ਬਰਨਾਲਾ ਵੀ, ਕੋਈ ਬਾਹਲੀ ਬਾੜ ਨਹੀਂ, ਤਾਂ ਇੱਥੇ ਡਾਕਟਰ ਵੀ ਜਿਹੜੇ ਰੈਕਮੈਂਡ ਕਰਦੇ ਨੇ ਇੱਥੇ ਗੁੜ ਲੈ ਕੇ ਜਾਣ ਦੇ ਲਈ, ਕਿਉਂਕਿ ਸਿਹਤ ਦੇ ਲਈ ਲਾਭਦਾਇਕ ਹੈ। ਕਿਉਂਕਿ ਹੋਰ ਵੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਖਾਲਸੇ ਦੇ ਨਾਲ ਕਿ ਹੋਰ ਕਿਹੜੀਆਂ ਆਈਟਮਾਂ ਇੱਥੇ ਤਿਆਰ ਹੁੰਦੀਆਂ ਨੇ, ਇਹ ਗੱਲ ਹੋਰ ਹੈ ਖਾਲਸਾ ਜੀ, ਮਤਲਬ ਕਿ ਜਿਹੜਾ ਬਜ਼ਾਰੂ ਗੁੜ ਹੁੰਦਾ ਉਹ ਗੁੜ ਲਾਲ ਹੁੰਦਾ, ਲਾਲ ਕਿਹੜੇ ਕਾਰਨ ਤੋਂ ਹੁੰਦਾ? ਲਾਲ ਨੂੰ ਕਲਰ ਲਾਇਆ ਜਾਂਦਾ ਜਿਹੜਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ, ਅਤੇ ਜਾਂ ਉਹਨੂੰ ਕੈਮੀਕਲ ਵੀ ਬਹੁਤ ਲਾਏ ਜਾਂਦੇ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਲਾ ਕੇ ਯੂਪੀ 'ਚ ਜਿਹੜਾ ਗੁੜ ਬਹੁਤ ਤਿਆਰ ਕੀਤਾ ਜਾਂਦਾ, ਤੁਸੀਂ ਉਸ ਗੁੜ ਨੂੰ ਇੱਕ ਭਾਂਡੇ 'ਚ ਪਾ ਕੇ ਸਟੀਲ ਦੇ 'ਚ ਰੱਖ ਲਓ, 1 ਹਫ਼ਤੇ ਜਾਂ 10 ਦਿਨਾਂ ਬਾਅਦ ਉਹਨੂੰ ਉੱਲੀ ਲੱਗ ਜਾਂਦੀ ਹੈ, ਪਰ ਇਹ ਗੁੜ ਨੂੰ ਤੁਸੀਂ ਸਾਲ ਭਰ ਜੇ ਮਰਜ਼ੀ ਰੱਖ ਲਓ, ਇਸੇ ਜਿਵੇਂ ਅੱਜ ਦੀ ਪੋਜੀਸ਼ਨ ਹੈ ਇਸੇ ਪੋਜੀਸ਼ਨ 'ਚ ਰਹੂਗਾ ਤੁਹਾਡਾ, ਇਹ ਖਰਾਬ ਨਹੀਂ ਹੋਊਗਾ। ਹੋਰ ਵੀ ਆਈਟਮ ਤਿਆਰ ਕਰਦੇ ਹੋ ਜਿਵੇਂ ਜਿਵੇਂ ਖਾਣ ਵਾਸਤੇ ਸੌਂਫ ਜਮੈਣ ਪਾ ਲਈ, ਖੋਪਾਗਰੀ ਮੂੰਗਫਲੀ ਪਾ ਲਈ, ਕਾਜੂ ਬਦਾਮ ਪਾ ਲਏ, ਔਲਾ ਪਾ ਲਿਆ, ਉਹ ਪੇਟ ਲਈ ਅਲਸੀ ਪਾ ਲਈ, ਤਿਲ ਪਾ ਲਏ, ਜਿਵੇਂ ਜਿਵੇਂ ਹੁਣ ਸਿਆਲ ਦਾ ਸੀਜ਼ਨ ਹੈ ਤਿਲਾਂ ਵਾਲਾ ਚੱਲਦਾ, ਅਲਸੀ ਵਾਲਾ ਚੱਲਦਾ, ਜਿਵੇਂ ਲੋਕਾਂ ਦੀ ਡਿਮਾਂਡ ਹੈ ਉਵੇਂ ਚੱਕਰ ਉਹ ਆਈਟਮਾਂ ਤਿਆਰ ਕਰੀਆਂ, ਗੁੜ ਉਹੀ ਹੈ। ਇਹ ਚੀਜ਼ਾਂ ਦਵਾਈਆਂ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਜਿਹੜਾ ਤੁਸੀਂ ਨਾਲ ਲਿਆ, ਲੋਕ ਦਵਾਈਆਂ ਦੇ ਵਿੱਚ ਡਾਕਟਰ ਵੀ ਰੈਕਮੈਂਡ ਕਰਦੇ ਨੇ। ਹੁਣ ਸਾਡੇ ਕੋਲ ਕੰਮ ਬਹੁਤ ਵਧੀਆ ਸ਼ੱਕਰ ਹੈ, ਹੁਣ ਤਾਂ ਵੈਸੇ ਖਤਮ ਹੋ ਗਈ, ਮੌਸਮ ਚੇਂਜ ਹੋ ਗਿਆ, ਸਿਆਲ 'ਚ ਲੋਕ ਇੰਨੇ ਉਹਨੂੰ ਪਸੰਦ ਕਰਦੇ ਆ ਜਿਹਦੀ ਹੱਦ ਕੋਈ ਨਹੀਂ, ਅੰਬ ਹਲਦੀ ਪਾ ਕੇ ਸ਼ੱਕਰ ਬਣਾਉਂਦੇ ਹਾਂ, ਉਹਦਾ ਰਿਜ਼ਲਟ ਸਾਨੂੰ ਇੰਨਾ ਵਧੀਆ ਮਿਲਦਾ, ਜਾਣੀ ਹਰੇਕ ਬੰਦਾ ਜਿਹਨੇ ਸਾਡੇ ਕੋਲ ਆਉਂਦੇ ਪੱਕੇ ਬੰਦੇ ਮੰਗ ਕੇ ਲੈਂਦੇ ਆ ਵੀ ਸਾਨੂੰ ਅੰਬ ਹਲਦੀ ਵਾਲੀ ਸ਼ੱਕਰ ਦਿਓ। ਮਿਲਾਵਟ ਤਾਂ ਨਹੀਂ ਕੀਤੀ ਜਾਂਦੀ? ਕਿਸੇ ਕਿਸਮ ਦੀ ਸਾਡੇ ਕੋਲ ਕੋਈ ਮਿਲਾਵਟ ਨਹੀਂ, ਅਸੀਂ ਬਾਜ਼ਾਰ ਨਾਲ 1.5 ਪੈਸੇ ਲੈਂਦੇ ਹਾਂ, ਕਾਹਦੇ ਵਾਸਤੇ ਲੈਂਦੇ ਹਾਂ, ਸਾਡੀ ਜ਼ਮੀਰ ਵੀ ਕੋਈ ਅਲਾਓ ਕਰਨੀ ਚਾਹੀਦੀ ਹੈ ਨਾ, ਸਾਨੂੰ ਪਰਮਾਤਮਾ ਇਸ ਚੀਜ਼ ਨੂੰ ਅਲਾਓ ਨਹੀਂ ਕਰਦਾ ਵੀ ਅਸੀਂ ਪੈਸੇ ਲੈ ਕੇ ਵੀ ਫਿਰ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ, ਫਿਰ ਬਖਸ਼ੇ ਕਿਵੇਂ ਜਾਵਾਂਗੇ? ਇੱਦਾਂ ਦੀ ਗੱਲ ਸੋਚਣ ਵਾਲੇ ਤੁਹਾਡੇ ਵਰਗੇ ਬਹੁਤ ਘੱਟ ਇਨਸਾਨ ਮਿਲਦੇ ਅੱਜ ਦੇ ਟਾਈਮ ਦੇ ਵਿੱਚ। ਪਰ ਗੱਲ ਹੈ ਜੀ, ਸਭ ਕੁਛ ਇੱਥੇ ਹੈ, ਚੰਗਾ ਕਰੋਗੇ ਚੰਗਾ ਕਰ ਲਉਂਗੇ, ਮੰਗਦਾ ਕਰੋਗੇ ਮੰਦਾ ਪਾ ਲਉਂਗੇ, ਗਾਹਾਂ ਕੁਛ ਨਹੀਂ ਕਿਸੇ ਨੇ ਦੇਖਿਆ, ਸਭ ਕੁਛ ਉਹ ਜੋ ਕੁਛ ਹੈ ਸਭ ਕੁਛ ਇੱਥੇ ਹੈ। ਜਿਵੇਂ ਤੁਸੀਂ ਆਪਾਂ ਅੱਗੇ ਤੁਰ ਕੇ ਗੱਲਬਾਤ ਕਰਦੇ ਹਾਂ, ਆਪਾਂ ਗੁੜ ਵੀ ਦਿਖਾਵਾਂਗੇ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਵੀ ਜਿਹੜਾ ਵੀ ਆਮ ਕਿਸਾਨ ਨੇ ਧੰਦਾ ਸ਼ੁਰੂ ਕਰਨਾ ਹੋਵੇ, ਕਿਸੇ ਕੋਲ ਇੰਨੇ ਰੁਪਏ ਨਹੀਂ ਵੀ ਹੁੰਦੇ, ਕਿੰਨੇ ਕੁ ਰੁਪਈਆਂ ਜਿਹੜਾ ਧੰਦਾ ਇਹ ਮੀਡੀਅਮ ਮੰਨ ਕੇ ਚੱਲੀਏ, ਕਿੰਨੇ ਰੁਪਏ ਧੰਦਾ ਤਿਆਰ ਹੋ ਜਾਂਦਾ? 5 ਤੋਂ ਲੈ ਕੇ 8 ਲੱਖ ਰੁਪਏ 'ਚ 9 ਲੱਖ ਰੁਪਏ 'ਚ ਬਿਨਾਂ ਜ਼ਮੀਨ ਬਿਨਾਂ ਜਗ੍ਹਾ ਤੋਂ ਬਹੁਤ ਵਧੀਆ ਧੰਦਾ ਚੱਲ ਸਕਦਾ।
बंदा तुहानूं पहले भी दस्सिया बंदा काम करन वाला है, सरकार भी मदद करती है, सरकार तो मदद ले लो सबसिडी भी दिंदी है, सरकार काम करन पैसे भी दिंदी है, पर कम बंदा जरूर काम करन वाला चाहिए। ऐवें किसी नूं अलंभा नहीं देना चाहिए, बंदा खुद काम करन वाला होवे तां कोई इहदे वर्गा लाहे वर धंदा ही नहीं कोई। चार महीने काम करके बंदा साल भर दी आदि जिहड़ा हैगा घर का खर्चा मौज नाल कढ सकदा। शक्कर की गल कर रहे थे, शक्कर भी तुम इन्हें भी इतना तैयार करते हैं, अभी आप दप तैयार करते हैं शक्कर, सहयोगी बेनती कि कहीं शक्कर दिखा दी जाए, शक्कर भी इतने तैयार होंगी है, आ शक्कर पैया गुड़ पिया ये सारा कुछ इतने तैयार होंगे, ये गुड़ पिया ये शक्कर है ये सौंफ जमैन वाला गुड़ है ਇਹ ਖੋਪਾ ਗਰੀ ਮੂੰਗਫਲੀ ਵਾਲਾ, ਇਹ ਖੋਪਾ ਗਰੀ ਮੂੰਗਫਲੀ ਪਾਈ ਆ, ਤੁਸੀਂ ਆਪ ਪਾਉਣੇ ਫਿਰ ਬੱਚੇ ਦੀ ਮੂੰਗਫਲੀ ਖੋਪਾ ਗਰੀ ਪਾਈ ਹੋਈ ਆ, ਬਿਲਕੁਲ ਖੋਪਾ ਗਰੀ ਮੂੰਗਫਲੀ ਅਸੀਂ ਖੁਦ ਆਪ ਪਾਉਂਦੇ ਹਾਂ, ਮੈਂ ਤਾਂ ਸੁਣਾਂ ਜਿੰਨਾ 'ਚ ਸੌਂਫ ਜਮੈਨ ਵਾਲੇ ਸਮਾਨ ਆ ਕਈ ਆਈਟਮ ਪਾਈ ਦਾ, ਜਿਵੇਂ ਮਘਾਂ ਪਾਤੀਆਂ, ਅਲਸੀ ਪਾਤੀ, ਲੌਂਗ ਪਾਤੇ, ਇਲਾਇਚੀ ਪਾਤੀ, ਉਹ ਸਭ ਸਾਰਾ ਕੁਛ ਸਾਬਤ ਲੈ ਕੇ ਆਪਦੇ ਹੱਥੀਂ ਗ੍ਰੈਂਡ ਕਰਕੇ ਪਾਈ ਦਾ, ਨਾ ਕਿ ਪੀਸੇ ਪਿਸਾਏ 'ਤੇ ਵਿਸ਼ਵਾਸ ਕਰੀਏ, ਆਪਣੇ ਹੱਥੀਂ ਪੀਸ ਕੇ ਫਿਰ ਪਾਉਣੇ, ਆਪਣੇ ਹੱਥੀਂ ਪੀਸ ਕੇ ਪਾਉਣੇ, ਅਤੇ ਜਿਹੜਾ ਖਾਂਦਾ ਉਹ ਵਾਲਾ ਰਿਜ਼ਲਟ ਵੀ ਮਿਲਦਾ ਅਗਲੇ ਨੂੰ, ਹਾਜ਼ਮੇਦਾਰ ਹੈ, ਹੁਣ ਔਲੇ ਵਾਲਾ ਪੇਟ ਸਾਫ ਵਾਸਤੇ ਬਹੁਤ ਵਧੀਆ ਆਈਟਮ ਹੈ, ਉਹਦੇ ਵਿੱਚ ਵੀ ਛੋਟੀ ਇਲਾਇਚੀ ਪਾਈ ਦੀ ਹੈ, ਵੱਡੀ ਇਲਾਇਚੀ ਪਾਈ ਦੀ ਹੈ, ਦਾਲ ਚੀਨੀ ਪਾਈ ਦੀ ਹੈ, ਮਘਾਂ ਪਾਈ ਦੀਆਂ, ਹੁਣ ਤੁਸੀਂ ਠੰਡ ਦੇ ਵਿੱਚ ਠੰਡ ਵਾਲੀਆਂ ਚੀਜ਼ਾਂ ਗੀਆਂ ਜਿਵੇਂ ਗਰਮ ਗਰਮ ਗਰਮੀ ਆ ਗਈ, ਹੁਣ ਕੁਆਂਟਿਟੀ ਕਿੰਨੀ ਪਾਉਂਦੇ ਸੀ ਨੋਰਮਲ, ਮੈਡੀਸਨ ਕਿਹੜੀ ਠੰਡੀ ਹੈ, ਇਹ ਤਾਂ ਗੁੜ ਨੂੰ ਵੀ ਗਰਮ ਕਹਿੰਦੇ ਆ, ਪਰ ਇਹ ਨੋਰਮਲ ਚੀਜ਼ਾਂ ਹੁੰਦੀਆਂ, ਨੋਰਮਲ ਕੁਆਂਟਿਟੀ 'ਚ ਪਾਈਆਂ ਜਾਂਦੀਆਂ, ਟੇਸਟ ਹੁੰਦਾ ਜਿਵੇਂ ਆਪਣਾ ਕੈਪਸੂਲ ਗੋਲੀ ਐਡੀ ਕਾ ਉਹ ਵੀ ਰਿਜ਼ਲਟ ਦਿੰਦੀ ਹੈ, ਇਵੇਂ ਜੇਕਰ ਤੁਸੀਂ ਖਾਓਗੇ ਇਹ ਵੀ ਚੀਜ਼ ਰਿਜ਼ਲਟ ਦਿੰਦੀ, ਗਰਮੀ ਨਹੀਂ, ਗਰਮੀ ਨਾਲ ਨਹੀਂ ਕੋਈ ਇਹਦਾ ਖਾਸ ਗੱਲ, ਕਿੰਨੀ ਗਰਮੀ ਹੈ, ਕਿੰਨੀ ਅਸੀਂ ਕੁਆਂਟਿਟੀ ਪਾਉਂਦੇ ਹਾਂ, ਮੈਡੀਸਨ ਵਾਲਾ ਪੁਜੀਸ਼ਨ ਹੈ ਵੀ ਮੈਡੀਸਨ ਵੀ ਆਪਾਂ ਕਿਹੜਾ ਖਾਂਦੇ ਨਹੀਂ, ਇਹ ਚੀਜ਼ਾਂ ਵੀ ਨੋਰਮਲ ਪਾਈ ਜਾਂਦੀਆਂ, ਨੋਰਮਲ ਚੀਜ਼ਾਂ ਰਿਜ਼ਲਟ ਦਿੰਦੀਆਂ। ਖਾਲਸਾ ਕਨਾਲੇ 'ਤੇ ਮੌਜੂਦ ਅਸੀਂ ਸੁਖਦਰਸ਼ਨ ਸਿੰਘ ਖਾਲਸਾ, ਜਦੋਂ ਰਾਮਪੁਰੇ ਨੂੰ ਰਾਮਪੁਰੇ ਤੋਂ ਬਠਿੰਡੇ ਨੂੰ ਜਾਊਂਗੇ ਤਾਂ ਮੇਨ ਰੋਡ 'ਤੇ ਥਰਮਲ ਦੇ ਕੋਲ ਲਹਿਰਾ ਮਹਾਪੁਰ ਦੇ ਕੋਲ ਖਾਲਸਾ ਘੁਲਾੜਾ ਰਹਿ ਜਾਂਦਾ, ਇੱਥੇ ਗੰਨਾ ਵੀ ਜਿਹੜਾ ਔਰਗੈਨਿਕ ਵਰਤਿਆ ਜਾਂਦਾ, ਭਿੰਡੀ ਵੀ ਜਿਹੜੀ ਹੋਰ ਸਟੇਟ ਦੇ ਵਿੱਚ ਬਾਹਰ ਦੂਜੀ ਸਟੇਟ ਦੇ ਵਿੱਚ ਪੈਦਾ ਹੁੰਦੀ ਆ, ਉੱਥੋਂ ਭਿੰਡੀ ਸਪੈਸ਼ਲ ਤੌਰ 'ਤੇ ਇਸੇ ਘੁਲਾੜੇ ਦੇ ਉੱਤੇ ਲਗਾਈ ਜਾਂਦੀ ਆ, ਕਿਉਂਕਿ ਔਰਗੈਨਿਕ ਭਿੰਡੀ ਹੁੰਦੀ ਆ, ਗੰਨਾ ਵੀ ਔਰਗੈਨਿਕ ਹੁੰਦਾ, ਤਾਂ ਇੱਥੇ ਸਾਰੀਆਂ ਚੀਜ਼ਾਂ ਔਰਗੈਨਿਕ ਹੁੰਦੀਆਂ ਨੇ ਇਸ ਘੁਲਾੜੇ ਦੇ ਉੱਤੇ। ਬਾਪੂ ਨੇ ਕਿਹਾ ਕਿ 100% ਆ ਜਿਹੜੀ ਚੀਜ਼ ਆ, ਕੋਈ ਵੀ ਮਿਲਾਵਟ ਨਹੀਂ ਹੋਊਗੀ ਇਸ ਚੀਜ਼ ਦੇ ਵਿੱਚ, ਡਾਕਟਰ ਵੀ ਵੱਡੇ ਵੱਡੇ ਡਾਕਟਰ ਇੱਥੋਂ ਬਠਿੰਡੇ ਤੋਂ ਹਾਰਟ ਸਪੈਸ਼ਲਿਸਟ ਡਾਕਟਰ ਜਿਹੜੇ ਇੱਥੇ ਗੁੜ ਲੈਣ ਆਉਂਦੇ ਨੇ ਰਾਮਪੁਰੇ ਤੋਂ ਬਰਨਾਲੇ ਤੋਂ ਦੂਰੋਂ ਦੂਰੋਂ ਚੱਲ ਕੇ ਜਿਹੜੇ ਡਾਕਟਰ ਨੇ ਉਹ ਇਸ ਘੁਲਾੜੇ ਦੇ ਉੱਤੇ ਪਹੁੰਚਦੇ ਨੇ, ਸਾਡੇ ਹੁੰਦੇ ਹੋਏ ਵੀ ਡਾਕਟਰ ਇੱਥੇ ਗੁੜ ਲੈ ਕੇ ਗਏ ਨੇ, ਇਹ ਵੱਡੀ ਗੱਲ ਆ, ਉਹ ਡਾਕਟਰ ਇੱਥੇ ਆਉਂਦੇ ਨੇ, ਤਾਂ ਸਾਨੂੰ ਔਰਗੈਨਿਕ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਅਤੇ ਸਾਡੇ ਸਰੀਰ ਦੇ ਲਾਭਦਾਇਕ ਨੇ, ਕਿਉਂਕਿ ਸਿਹਤ ਤੋਂ ਵੱਧ ਕੇ ਹੋਰ ਕੋਈ ਵੀ ਚੀਜ਼ ਨਹੀਂ ਆ, ਹਰ ਇੱਕ ਚੀਜ਼ ਦੁਨੀਆਂ ਦੇ ਉੱਪਰ ਮੁੱਲ ਮਿਲ ਜਾਂਦੀ ਆ, ਪਰ ਸਿਹਤ ਮੁੱਲ ਨਹੀਂ ਮਿਲਦੀ, ਕਿਉਂਕਿ ਇਹ ਸਾਡੇ ਸੱਭਿਆਚਾਰ ਦਾ ਇੱਕ ਵਿਛੜਵਾਂ ਅੰਗ ਹੈ। 50 ਸਾਲ ਪਹਿਲਾਂ 60 ਸਾਲ ਪਹਿਲਾਂ ਪੁਰਾਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਆਮ ਘੁਲਾੜੇ ਜਿਹੜੇ ਪੰਜਾਬ ਦੇ ਵਿੱਚ ਮਿਲ ਜਾਂਦੇ ਸੀਗੇ, ਅੱਜ ਦੀ ਦੁਬਾਰੇ ਫਿਰ ਜਿਹੜਾ ਉਹ ਦੌਰ ਵਾਪਸ ਵਰਤਿਆ ਵਾਪਸ ਦੌਰ, ਇਹਦਾ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਆ ਘੁਲਾੜਾ। ਕਿਤਾਬਾਂ ਦੇ ਵਿੱਚ ਵੀ ਇਹਦੇ ਬਾਰੇ ਵੀ ਪੜ੍ਹਿਆ, ਤਾਂ ਇੱਥੇ ਔਰਗੈਨਿਕ ਜਿਹੜੇ ਸਾਰਾ ਕੁਛ ਔਰਗੈਨਿਕ ਹੀ ਹੁੰਦਾ, ਤਿਲ ਤੋਂ ਗੁੜ ਬਣਾਇਆ ਜਾਂਦਾ, ਹੋਰ ਬਹੁਤ ਐਟਮਾਂ ਜਿਹੜੀਆਂ ਦਵਾਈਆਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਉਹ ਗੁੜ ਦੇ ਵਿੱਚ ਮਿਲਾਈਆਂ ਜਾਂਦੀਆਂ ਨੇ, ਜੋ ਅਸੀਂ ਤੰਦਰੁਸਤ ਰਹਿ ਸਕੀਏ, ਤਾਂ ਇੱਦਾਂ ਦੀਆਂ ਚੀਜ਼ਾਂ ਖਾਓ ਜੋ ਸਿਹਤ ਨੂੰ ਤੰਦਰੁਸਤ ਰੱਖਣ, ਨਾ ਕਿ ਵਿਗਾੜਨ। ਤਦ ਤੱਕ ਅਸੀਂ ਇੱਦਾਂ ਦੇ ਹੋਰ ਸਟੋਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ, ਤਦ ਤੱਕ ਆਪਣੇ ਦੋਸਤ ਸਿਮਰਜੀਤ ਧਾਰਾ ਨੂੰ, ਦਿਲਦਸਤ ਕੈਮਰਾਮੈਨ ਸੁਨੀਲ ਸ਼ਰਮਾ ਦੇ ਨਾਲ ਜੁੜੇ ਰਹੋ, ਪੰਜਾਬ ਨਿਊਜ਼ ਚੈਨਲ ਦਾ ਧੰਨਵਾਦ।